ਰੈਡੀ ਪੰਜਾਬ ਦੇ ਗਵਰਨਰ ਸ਼੍ਰੀ ਬਨਵਾਰੀ ਲਾਲ ਪ੍ਰੋਹਤ ਨੇ 27 ਅਗਸਤ 2021 ਨੂੰ ਆਪਣਾ ਅਹੁਦਾ ਸੰਭਾਲਿਆ ਸੀ ਡੰਡੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀਆਂ ਕਾਂਗਰਸੀ ਸਰਕਾਰਾਂ ਨਾਲ ਕੰਮ ਕੀਤਾ ਹੈ ਡੰਡੀ ਪਿਛਲੇ ਲਗਭਗ 15 ਮਹੀਨਿਆਂ ਤੋਂ ਉਹ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਵੀ ਸਰਕਾਰੀ ਤੌਰ ਉੱਤੇ ਵਿਚਰ ਰਹੇ ਹਨ ਡੰਡੀ ਗਵਰਨਰ ਦਾ ਅਹੁਦਾ ਸੰਵਿਧਾਨਿਕ ਹੁੰਦਾ ਹੈ ਡੰਡੀ ਰਾਜ ਦੇ ਕੰਮ ਚੁਣੀ ਹੋਈ ਸਰਕਾਰ ਨੇ ਕਰਨੇ ਹੁੰਦੇ ਹਨ ਡੰਡੀ ਪੰਜਾਬ ਵਿੱਚ ਇਹ ਆਮ ਤੌਰ ਉੱਤੇ ਦੇਖਿਆ ਗਿਆ ਹੈ ਕਿ ਤਤਕਾਲੀ ਸਰਕਾਰਾਂ ਅਤੇ ਮੁੱਖ ਮੰਤਰੀਆਂ ਨਾਲ ਤਤਕਾਲੀ ਗਵਰਨਰਾਂ ਦੇ ਆਮ ਕਰਕੇ ਸੰਬੰਧ ਚੰਗੇ ਅਤੇ ਸੁਖਾਵੇਂ ਰਹੇ ਹਨ ਪਰ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਪਿੱਛੋਂ ਗਵਰਨਰ ਅਤੇ ਮੱਖ ਮੰਤਰੀ ਦੀਆਂ ਦੂਰੀਆਂ ਵੱਧਦੀਆਂ ਗਈਆਂ ਹਨ ਡੰਡੀ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੂੰ ਵੱਖ-ਵੱਖ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਦੇ ਵਫਦ ਅਕਸਰ ਮਿਲਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਵੀ ਦੱਸਦੇ ਰਹਿੰਦੇ ਹਨ ਅਤੇ ਲਿਖਤੀ ਮੰਗ ਪੱਤਰ ਵੀ ਦਿੰਦੇ ਰਹਿੰਦੇ ਹਨ ਡੰਡੀ ਜੇਕਰ ਉਹਨਾ ਵਿੱਚੋਂ ਉਹਨਾ ਨੂੰ ਕੁਝ ਉੱਠੇ ਸਵਧਾਨਿਕ ਸਵਾਲਾਂ ਜਾਂ ਹੋਰ ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਨੂੰ ਲੈ ਕੇ ਗਵਰਨਰ ਮੁੱਖ ਮੰਤਰੀ ਤੋਂ ਲਿਖਤੀ ਤੌਰ ਉੱਤੇ ਕੁਝ ਪੁੱਛਦੇ ਵੀ ਹਨ ਤਾਂ ਸਰਕਾਰ ਦਾ ਬਤੀਰਾ ਇਸ ਪ੍ਰਤੀ ਅਕਸਰ ਰੜੀ ਨਾ ਪੱਖੀ ਹੀ ਦਿਖਾਈ ਦਿੰਦਾ ਰਿਹਾ ਹੈ ਡੰਡੀ ਇੱਥੇ ਹੀ ਬਸ ਨਹੀਂ ਕਈ ਵਾਰ ਮੁੱਖ ਮੰਤਰੀ ਨੇ ਅਜਿਹੇ ਬਿਆਨ ਵੀ ਦਿੱਤੇ ਹਨ ਜੋ ਉੱਚ ਸਬਿਧਾਨਕ ਅਹੁਤੇ ਉੱਤੇ ਬੈਠੇ ਵਿਅਕਤੀ ਨੂੰ ਸੋਭਾ ਨਹੀਂ ਦਿੰਦੇ ਡੰਡੀ ਧਾਰਿਆ ਗਿਆ ਅਜਿਹਾ ਬੇਧਿਆਨੀ ਵਾਲਾ ਰੁਖ ਗਵਰਨਰ ਦੇ ਰਤਵੇ ਦੇ ਯੋਗ ਨਹੀਂ ਹੋ ਸਕਦਾ ਡੰਡੀ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸ਼੍ਰੀ ਬਨਵਾਰੀ ਲਾਲ ਪ੍ਰੋਹਤ ਵੱਲੋਂ ਮੁੱਖ ਮੰਤਰੀ ਨੂੰ ਲਿਖੀਆਂ ਚਿੱਠੀਆਂ ਦਾ ਸਮੇਂ ਸਿਰ ਜਵਾਬ ਨਹੀਂ ਮਿਲਦਾ ਰਿਹਾ ਜਾਂ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ ਜਿਸ ਨਾਲ ਦੋਵਾਂ ਦੇ ਰਿਸ਼ਤਿਆਂ ਵਿੱਚ ਤਰੇੜ ਆਈ ਹੈ ਜਿਸ ਨੂੰ ਸੂਬੇ ਲਈ ਸੁਖਾਵਾ ਨਹੀਂ ਮੰਨਿਆ ਜਾ ਸਕਦਾ ਡੰਡੀ ਇਸੇ ਸਮੇਂ ਪੰਜਾਬ ਸਾਹਮਣੇ ਕੁਝ ਅਜਿਹੇ ਗੰਭੀਰ ਮਸਲੇ ਖੜੇ ਹਨ ਜਿਨ੍ਹਾਂ ਨੂੰ ਪੂਰੀ ਸਿੱਦਤ ਨਾਲ ਸੰਬੋਧਿਤ ਹੋਣਾ ਬੇਹੱਦ ਜ਼ਰੂਰੀ ਹੈ ਡੰਡੀ ਇਹਨਾਂ ਵਿੱਚੋਂ ਇੱਕ ਗੰਭੀਰ ਮਸਲਾ ਸੂਬੇ ਪਰ ਵਿੱਚ ਫੈਲਿਆ ਨਸ਼ਾ ਦਾ ਵਰਤਾਰਾ ਹੈ ਜਿਸ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸ਼ਿਕੰਜੇ ਵਿੱਚ ਕੱਸ ਲਿਆ ਹੈ ਡੰਡੀ ਪਹਿਲੀਆਂ ਸਰਕਾਰਾਂ ਵੀ ਫੈਲੇ ਇਸ ਵਰਤਾਰੇ ਉੱਤੇ ਕਾਬੂ ਪਾਉਣ ਦੀਆਂ ਯੋਜਨਾਵਾਂ ਘੜਦੀਆਂ ਰਹੀਆਂ ਹਨ ਅਤੇ ਇਸ ਸੰਬੰਧੀ ਅਕਸਰ ਬਿਆਨ ਵੀ ਦਿੰਦੀਆਂ ਰਹੀਆਂ ਹਨ ਪਰ ਓ ਇਸ ਮਸਲੇ ਨੂੰ ਹੱਲ ਕਰਨ ਵਿੱਚ ਕਾਮਜਾਬ ਨਹੀਂ ਸਨ ਹੋਈਆਂ ਡੰਡੀ ਹੋਰ अनेਕਾਂ ਆਸਾਂ ਦੇ ਨਾਲ-ਨਾਲ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਨਮੀ